बहुत नवाजिश। जब तक मेरी आवाज जारी है उनके टाइम नहीं कि मैं किसे भगवान से गुफ्तगू कराऊं। बस्ती रसूल का कलमा पढ़ रहे हैं, बस्ती मेरी गल समझा रही सारे। ये मजलस रसूल के पुत्र की वजह से जिसे इश्तिहार कर मजलस से आला चाहे इसे मसलक ना उसका ताल्लुक हो पता होंगे कि इतने रसूल के पुत्र के मुसाहिब तैयार किए जाने पता है। ये पूरी बस्ती रसूल का कलमा पढ़ने वाले की बस्ती सारे का अकीदा है कि रसूल साड़ी गल सुनता है। गल सुनते तो सारे सुनिया का भी अकीदा है का भी कि रसूल सानू देखते रहे साड़ी गल सुनते रहे मुसलमाना का यह अकीद है कि रसूल सानू देख भी रहे साड़ी गल सुन भी रहे। जिहड़ी शख्सियत सुने भी वेखे भी उदा कलमा भी पढ़िए पुत्र की थोड़ी हो थोड़ी से गणना चाहिए या कार भी गणना चाहिए थोड़ा जहा बोलो ना मेरे नाम समझ बड़ी मेहरबानी। या मुसलमानों ये अकीदा छड़ दो कि रसूल साड़ी गल सुनता है या रसूल अल्लाह कहना छड़ दो ये या रसूल अल्लाह के कायल तुसी हुसैन को मनन वास्ते किसी मसले की तो लोड़ नहीं बड़े हुसैन बादशाह को मनन वास्ते किसी मसले की लोड़ नहीं। मजहब इस्लामे मसले के सुन्नी मसले के शिया मसले के देवबंद मजहब इस्लाम है। जे तेरा मजहब इस्लाम है हुसैन बादशाह को पूछिए हुसैन ने इस्लाम के खर्च कितना मैं समझे बड़े जहीन मुसलमान के लिए अकल च गल आ जाए फिर तेन घर नहीं बहना चाहिए तेन रसूल के पुत्र की पूरी देना चाहिए। जिनी पूरी दे देना चाहिए वो बनी पाई फरमा बनी पै जे रसूल रसूल तुम इश्क रसूल मोहब्बत है और मोहब्बत इश्क का पता ही तां लगता है जिदे नाल इश्क होवे उदे ते मुसाइब आवण ते फिर पता लगता है शरीके ते तां आशिक है जे शरीके ते तां मुहब्बत है। गल समझाई गई हुसैनियत बयान जिस तरह करनी चाहिए हुई मुसलमानों को असीं दूर की मैं दिल मेरा कि मैं ऐसे सुन्नत भाइयों की तरफों हुसैनियत बयान करा हुसैनियत क्या आओ की वजह बनी असी चंद बंदे क्यों बैठे बिना किसी मसलक के दिलदारी इतना अर्थ ना असी सारे मुसलमाना रसूल को जहा बने
ਇਹਦਾ ਗੱਲ ਜਾ ਕੇ ਦੱਸੂਗੀ। ਸਾਰਿਆਂ ਮੁਸਲਮਾਨਾਂ ਰਸੂਲ ਨੂੰ ਇੱਕੋ ਜਿਹਾ ਮੰਨਿਆ ਹੀ ਨਹੀਂ, ਦਿਲ ਨਹੀਂ ਦੁਖਾਣਾ ਕਿਸੇ ਦਾ। ਦੱਸੇ ਹੁਸੈਨੀਅਤ ਦੇਣੇ ਆਪਣੇ ਤੈਅ ਵਿੱਚ ਦਲੀਲ ਦੇ ਰਿਹਾ। ਮੇਰੇ ਸਾਹਮਣੇ ਬੜੇ ਬੜੇ ਸਮਝਦਾਰ ਜ਼ੀਰਕ ਚਿਹਰੇ ਨੇ, ਮੈਂ ਉਹਨਾਂ ਨੂੰ ਵੇਖ ਕੇ ਗੁਫ਼ਤਗੂ ਕੀਤੀ ਹੈ। ਮੁਸਲਮਾਨਾਂ ਨੇ ਰਸੂਲ ਨੂੰ ਮੰਨਣ ਦੇ ਦੋ ਗਰੋਹ ਨਜ਼ਰ ਆਏ। ਕਿਤਨੇ? ਦੋ। ਇੱਕ ਐਸਾ ਗਰੋਹ ਹੈ, ਉਹ ਆਉਂਦਾ ਹੈ ਕਿ ਮੁਹੰਮਦ ਆਦਮ ਤੋਂ ਪਹਿਲਾਂ ਦਾ ਨਬੀ ਹੈ। ਇੱਕ ਗਰੋਹ ਆਦਾ ਕਿ ਆਦਮ ਤੋਂ ਪਹਿਲਾਂ ਦਾ ਨਬੀ ਹੈ, ਆਦਮ ਤੋਂ ਪਹਿਲਾਂ ਦਾ ਰਸੂਲ ਹੈ। ਇੱਕ ਮੁਸਲਮਾਨਾਂ ਚ ਗਰੋਹ ਹੈ, ਉਹ ਆਦਾ ਕਿ 40 ਸਾਲਾਂ ਬਾਅਦ ਨਬੀ ਬਣੇ, 40 ਸਾਲਾਂ ਬਾਅਦ ਰਸੂਲ ਬਣੇ। ਗੱਲ ਸੁਣੀ? ਲਓ ਹੁਣ ਅਸੀਂ ਉਹ ਗਰੋਹ ਦੋ ਵੇਖਦੇ ਹਾਂ। ਚੰਗੇ ਕਿ ਇਹ ਦੋਵੇਂ ਠੀਕ ਨਹੀਂ ਹੋ ਸਕਦੇ, ਦੋਵੇਂ ਦੋਵੇਂ ਸੱਚੇ ਨਹੀਂ ਹੋ ਸਕਦੇ। ਜਾਂ ਆਦਮ ਤੋਂ ਪਹਿਲਾਂ ਨਬੀ ਬਣੇ, ਜਾਂ 40 ਸਾਲਾਂ ਅਸੀਂ ਰਸੂਲ ਨਾਲ ਮੁਸਲਮਾਨਾਂ ਕਰਨਾ ਇਸ਼ਕ, ਅਸੀਂ ਮੁਸਲਮਾਨਾਂ ਰਸੂਲ ਨਾਲ ਕਰਨੀ ਹੈ ਮੁਹੱਬਤ। ਆਓ ਹਾਂ ਕਿਸੇ ਸਿਆਣੇ ਕੋਲ ਪੁੱਛੀਏ ਜਿਹਦੇ ਨਾਲ ਇਸ਼ਕ ਕਰਨਾ ਹੋਵੇ, ਜਿਹਦੇ ਨਾਲ ਮੁਹੱਬਤ ਕਰਨੀ ਹੋਵੇ, ਉਹਨੂੰ ਆਦਮ ਤੋਂ ਪਹਿਲਾਂ ਨਬੀ ਮੰਨ ਲਈਏ ਤੇ ਤਾਂ ਚੰਗਾ ਹੈ, ਜੇ 40 ਸਾਲਾਂ ਬਾਅਦ ਆਪਰੇਸ਼ਨ ਕਰਕੇ ਨਬੀ ਮੰਨ ਲਈਏ ਤੇ ਤਾਂ ਚੰਗਾ ਹੈ। ਅਸੀਂ ਸਾਨੂੰ ਸ਼ੀਆਂ ਨੇ ਅਲੀ ਆਖਦੇ, ਕਿਉਂਕਿ ਗੁਫ਼ਤਗੂ ਬੜੀ ਲੰਬੀ ਮੈਂ ਸ਼ੱਕ। ਸ਼ੀਆਂ ਨੇ ਅਲੀ ਦਾ ਅਕੀਦ ਹੈ ਕਿ ਮੁਹੰਮਦ ਆਦਮ ਤੋਂ ਪਹਿਲਾਂ। ਦੂਸਰੇ ਮੁਸਲਮਾਨਾਂ ਦਾ ਅਕੀਦਾ ਹੈ ਕਿ 40 ਸਾਲਾਂ। ਹੁਣ ਆਓ ਇਹਦੇ ਚ ਦੇਖੀਏ ਫਾਇਦਾ ਕਿਤਨਾ ਹੈ ਤੇ ਨੁਕਸਾਨ। ਸਾਰੇ ਦਿਨ ਮੈਂ ਫਾਇਦਾ ਤੇ ਨੁਕਸਾਨ ਬਹੁਤ ਮੇਰੀ ਤਵੱਕੋ ਤੋਂ ਜ਼ਿਆਦਾ ਤੁਸਾਂ ਤਵੱਜੋ ਫਰਮਾਈ। ਜੇ ਆਦਮ ਤੋਂ ਪਹਿਲਾਂ ਨਬੀ ਮੰਨਦੀ ਉਹਦੇ ਚ ਇਸਲਾਮ ਨੂੰ ਕੀ ਕਹਿੰਦੇ ਤੇ ਮੁਸਲਮਾਨ ਦਾ ਕੀ? ਜੇ 40 ਸਾਲਾਂ ਬਾਅਦ ਨਬੀ ਮੰਨੀ ਇਸਲਾਮ ਦਾ ਨੁਕਸਾਨ ਕੀ ਹੈ, ਮੁਸਲਮਾਨ ਦਾ ਨੁਕਸਾਨ? ਜੇ 40 ਸਾਲਾਂ ਬਾਅਦ ਨਬੀ ਮੰਨੀ ਤੇ ਫਿਰ ਇੱਕ ਅਕੀਦਾ ਨਹੀਂ। ਜੇ 40 ਸਾਲਾਂ ਬਾਅਦ ਨਬੀ ਬਣਿਆ ਤੇ ਜ਼ਹਿਰ ਉਹ ਸਾਡੇ ਜਿਹਾ ਹੋਏਗਾ, ਸਾਡੇ। ਜੇ ਆਦਮ ਤੋਂ ਪਹਿਲਾਂ ਦਾ ਨਬੀ ਮੰਨਾਂਗੇ ਫਿਰ ਸਾਡੇ ਜਿਹਾ ਨਹੀਂ ਹੋਏਗਾ, ਆਦਮ ਆਇਆ ਬਾਅਦ ਚ ਉਹ ਪਹਿਲਾਂ ਦਾ ਨਬੀ ਹੈ, ਸਾਡੇ ਜਿਹਾ ਤੇ ਨਹੀਂ ਨਾ ਹੋ ਸਕਦਾ। ਜੇ ਨੂੰ ਅਸੀਂ ਆਪਣੇ ਜਿਹਾ ਮੰਨਦੇ 40 ਸਾਲਾਂ ਬਾਅਦ ਮੰਨਿਆ, ਆਓ ਵੇਖੀ ਦੇ ਨੁਕਸਾਨ ਕੀ। ਸਾਰੇ ਮੁਸਲਮਾਨਾਂ ਦਾ ਇੱਕ ਅਕੀਦਾ ਹੈ ਕਿ ਮੁਹੰਮਦ ਤੋਂ ਬਾਅਦ ਨਬੀ ਕੋ ਨਹੀਂ ਆਉਣਾ। ਗੱਲ ਸੁਣੀ ਕਿ ਮੁਹੰਮਦ ਤੋਂ ਬਾਅਦ ਕੋਈ ਨਬੀ ਨਹੀਂ ਆਉਣਾ? ਤੇ ਜੇ ਇਹ ਗੱਲ ਹੈ ਮੈਂ ਸਹੀ ਪਿਆ ਕਰਨਾ ਤੇ ਮੈਨੂੰ ਐਸੀ ਦਾਤ ਦਿਓ ਨਾ ਕਿ ਮੈਂ ਐਸੀ ਗੱਲ ਕਰਾਂ ਪੂਰੇ ਪਿੰਡ ਨੂੰ ਪਤਾ ਲੱਗੇ ਇੱਥੇ ਸ਼ੀਆ ਨੇ ਅਜੂ ਬੈਠੇ ਨੇ। ਹੱਥ ਬੁਲੰਦ ਕਰਕੇ ਨਾਰਾ ਹੈਦਰੀ। ਬਹੁਤ ਜੀ ਆਪਣੇ ਜੇ ਆਪਣੇ ਨੁਕਸਾਨ ਕੀ? ਇੱਕ ਅਕੀਦੇ ਦਾ ਨੁਕਸਾਨ ਕਿ ਮੁਹੰਮਦ ਨੇ ਅਕੀਦਾ ਦਿੱਤਾ ਹੈ ਕਿ ਮੇਰੇ ਬਾਅਦ ਨਬੀ ਕੋ ਨਹੀਂ ਆਉਣਾ, ਤੇ ਜਿਤਨੇ ਬੰਦੇ ਨਬੀ ਆਉਣ ਦਾ ਦਾਅਵਾ ਕੀਤਾ ਹੈ ਸ਼ਾਦੀ ਰੱਖੋ ਮਾਂ ਬੋਲੀ ਦੇ ਸਰ ਤੇ ਕੁਰਾਨ ਤੇ ਪਰੇ ਆਏ ਬੰਦੇ ਦੇ ਸਰ ਤੇ ਕੁਰਾਨ ਸਿਰ ਬੋਲੀ ਦੇ। ਇਹ ਜੇ ਤੂੰ ਮਰ ਗਿਆ ਤੇ ਪੂਰੀ ਤੇਰੀ ਮੁਲਾਜ਼ਮ ਸ਼ੁਰੂ ਹੋ ਜਾਂਦੀ,
जिन्हों कदे इतनी नमाज भी नहीं पढ़ी हो वो भी पूरी तरह के मसले करते हैं उन्हें अपने अपने हाथ से सिर पे कुरान रख के सियाणिया बगैर कौन के मौलवी कौन पूछो हाँ जिन्हों अपने ने नबी होने का दावा किया है ईसाई है यहूदी है हिंदू है नहीं मुसलमान है मैं फिर कह रहा बाबा से बोला वो आए कौन मुसलमान ते सादा मुसलमान नहीं पट्ठे बदन वाला मुसलमान नहीं अनपढ़ मुसलमान नहीं कसम इस दरबार की वो मौलवी आज ने आख्या मैं नबी हूं मौलवी अल्लाह मुफ्ती है ये दस आना होता ये तारा नबी का मेरे नौजवान भाई सुने नौजवान वासी कर सियाणा बंदा आलिम बंदा फाजल बंदा मुफ्ती बंदा वो क्या देना नबी है ते जिसे मौलवी मुफ्ती नहीं या अल्लामा नहीं या सिर्फ इमाम मस्जिद का उसे के आधा या कि मोहम्मद तो बाद नबी होनी है मन समझला दे आप भी दावा किया सुन उदे अकीदे च शामिल है कि मोहम्मद 40 साल बाद नबी बने ते मेरे जी है मोहम्मद मेरे जी है उन्हें जिसे देखे एक लाख बंदा मेरे पीछे नमाज ईद किया पढ़ते हैं उन्हें समझा और मनु 50 साल हो गए ने मैं दसना प्या इस्लाम ते दीन ते मोहम्मद के 40 साल बाद बने उसे तो मोहम्मद नाल बंदे ही थोड़े जे है तो नबी बन गए ओ है कि वो भी मेरे जे ना मेरे पीछे एक लाख बंदा मेरे इशारे पे फिर चलता है मैं नबी नहीं हो सकता उच्चा बोल के दिल खोल के मुंह बोल के नारे मौलवी ने खत्मे नबुवत कॉन्फ्रेंस बना दी जाते हो बस आप ही जाते उन्हें आख्या कि जेड़ा चलो हूँ मैं चेहरे भी नजर आए लाइट में बिल्कुल चेहरे जड़े ने पढ़ने में कोई शायद जड़े नहीं पड़े वो बैठे बंदे पीछे ने कोई लाइट में नहीं कि उन्हें चेहरे नजर आए मैं उनको खिले हुए फजाइले मोहम्मद सरकार का सलावत पढ़ लो कि क्यामत तक वास्ते कोई मुल्ला नबी होने का दावा नहीं करेगा